ਲਓ ਜੀ ਆਪਾਂ ਰੈਡੀ ਆ ਹੁਣ ਸ਼ੂਟ ਲਈ ਤੇ ਸਮਾਨ ਚੱਕੀ ਬਣ ਹਾਂਜੀ ਚਲੀਏ ਸ਼ੂਟ ਤੇ ਜਾਣਾ ਸ਼ੂਟ ਤੇ ਵੈਰੀ ਗੁੱਡ ਚਲੋ ਜੀ ਕਿੱਥੇ ਚੱਲੇ ਕਿੱਥੇ गामिया पुत्र कोई गल नहीं है जी हलो जी समान सारा कैमरे कूमरे था कुछ हाँ जी गामी होगी हाँ जी कितनी की गामी होगी मैं भी वो सुंदर देखी अजय अजय भी आते हैं हाँ जी हलो जी परमात्मा की मेहर ना अब चल ले यहाँ होने शूटे ते होने थोड़े शूटे ही मर दे यहाँ ਪਿੱਛੇ ਪ੍ਰੀਤ ਬੈਠੀ ਆ ਵਿਚਾਰੀ 7:30 ਵਜੇ ਆ ਕੇ ਬੈਠ ਗਈ ਸੀ ਬੱਸ ਸਟੈਂਡ ਤੇ ਤੇ ਅਸੀਂ ਇਹਨੂੰ ਬਸ 9:30 ਵਜੇ ਚੱਕਿਆ 2 ਕੁ ਘੰਟੇ ਵੇਟ ਕਰਵਾਈ ਜ਼ਿਆਦਾ ਟਾਈਮ ਨਹੀਂ ਵੇਟ ਕਰਵਾਇਆ ਤੇ ਮੇਨ ਆਰਟਿਸਟ ਸਾਡਾ ਬਾਨੂਆ ਬਾਨੀ ਕਿਉਂ ਬਾਨੂ ਸਾਡਾ ਕਿਊਟ ਬੱਚਾ ਹਾਂ ਹੁਣ ਅਸੀਂ ਚੱਲੇ ਆ ਜੀ ਸਲੂਨ ਚ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ चलो ये है थोड़े नाच दी इतने अपना फिल्म के बच्चे मेकअप होना देखो थोड़े पोस्टर पहले वाली फिल्म का लगे ठीक है तुम सुनाओ आ लो जी साढ़े मेन करैक्टर आ गए मदर दे रोल लाइव बैठे हो हाँ नहीं लाइव नहीं आप आओ तो सही बाबा देखना कर दो रा बाबा ने मत्था दे दिया थैंक यू बाबा जी राइज टू फेम ऑफिस अपना इत्थे अपने बंदे वेट कर रहे बाकी सारे उत्थे उत्थे मिलाउणे पैंदे विशाल जी नाल इन्हां दा प्रोडक्शन हाउस भी है इत्थे डीओपी दा भी कम करदे ने ਪਹੁੰਚ ਗਏ ਜੀ ਆਪਾਂ ਲੋਕੇਸ਼ਨ ਤੇ ਦਿੱਕ ਬਾਣੀ ਵੱਡਾ ਸਮਾਨ ਵਿਸ਼ਾਲ ਜੀ ਆਪਣੇ ਆਪਾਂ ਜੀ ਕਰ ਲਿਆ ਜੀ ਇਹ ਜ਼ਿੰਮੇਵਾਰੀ ਪਤੀ ਪੇਨ ਦੇ ਰਹੇ ਸੀ ਮਾਡਲ ਸਾਹਿਬ ਤੇ ਸਾਡੇ ਮਾਡਲ ਸਾਹਿਬ ਨੇ ਹੈਲੋ ਦੀਪੇਨ ਅੱਜ ਸਾਡਾ ਸ਼ਾਰਟ ਮੂਵੀ ਦਾ ਸ਼ੂਟ ਹੈ ਆਪਾਂ ਆਲਮੋਸਟ ਰੈਡੀ ਆ ਤੇ ਹੁਣ ਸਿੱਧਾ ਤੁਹਾਨੂੰ ਸੈਟਅਪ ਤੇ ਮਿਲਦੇ ਆ ਜਾ ਕੇ ਬਾਤ ਠੀਕ ਹੈ ਦੀਪ ਜੱਗ ਫਿਲਮ ਚੈਨਲ ਤੇ ਇੱਕ ਮੂਵੀ ਰਿਲੀਜ਼ ਹੋ ਰਹੀ ਹੈ ਜਿਹੜਾ ਪਹਿਲਾਂ ਸ਼ੂਟ ਕੀਤੀ ਸੀ ਜੀ ਕਮਿੰਗ ਸੂਨ 28 ਮਈ ਕੱਲ ਆ ਨਾ ਹਾਂਜੀ ਸਮਾਈਲ 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 ਇੰਨੀ ਵੱਡੀ ਸਮਾਈਲ ਹੈਲੋ ਹੈਲੋ ਸਰ ਹਾਊ ਯੂ ਬਿਆਰਾ ਮੁੰਡਾ ਹੈ ਪਹਿਲਾਂ ਹੀ ਬਿਆਹ ਹੋਇਆ ਬਿਆਹ ਹੋਇਆ ਮੁੰਡਾ ਜੀ ਅਸੀਂ ਇਹਨੂੰ ਦੁਬਾਰਾ ਵਿਆਹਣਾ ਵਾ ਮੂਵੀ 'ਚ ਇਸ ਬੰਦੇ ਨੂੰ ਪਰ ਇਹ ਵਿਆਹ ਹੀ ਨਹੀਂ ਜਾਉਂਦਾ ਕਰਕੇ ਉੱਥੇ ਬੈਠ ਕੇ ਕਰਨਾ ਵੀ ਕੀ ਸੀ ਪਹਿਲਾਂ ਇਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਦਿਓ ਨਾਲੇ ਮੁੰਡੀਆਂ ਦਾ
ਨਹੀਂ ਇਹਨਾਂ ਨੂੰ ਘਰ ਸੰਭਲੇ ਨੂੰ ਨਹੀਂ ਨੌਕਰਾਨੀ ਚਾਹੀਦੀ ਆ ਮੈਂ ਇਸ ਲਈ ਨਹੀਂ ਪੜ੍ਹੀ ਲਿਖੀ ਕੋਈ ਕਰ 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 ਵਧੀਆ ਹੋ ਰਿਹਾ ਇਹ ਗੱਲ ਸੰਭੜਾਇਆ ਕੋਈ ਗੱਲ ਕਰ ਸਹੀ ਆ ਹੋਰ ਉੱਥੇ ਬੈਠ ਕੇ ਕਰਨਾ ਵੀ ਕੀ ਆ ਪਹਿਲਾਂ ਇਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਦਿਓ ਨਾਲੇ ਮੁੰਦੀਆਂ ਦਾ ਨਾਲੇ ਇਹਨਾਂ ਨੂੰ ਘਰ ਸੰਭਲੇ ਨੂੰ ਨਹੀਂ ਨੌਕਰਾਨੀ ਚਾਹੀਦੀ ਆ ਨਾ ਕੀ ਕਮੀ ਆ ਮੇਰੇ ਵਿੱਚ ਜੋ ਇਹੋ ਜਿਹੇ ਰਸਤੇ ਲੱਭ ਰਹੇ ਹੋ ਮੈਂ ਚਾਹ ਪਾਤੀ ਆ ਮੈਂ ਚੱਲੀ ਆ ਬਾਹਰ ਚਾਹ ਲੈ ਕੇ ਆ ਜੀ ਚੰਗਾ ਭਾਬੀ ਆ ਜਾਨੀ ਆ ਕੁੜੀ ਤੇਰੀ ਉਮਰ ਦੀਆਂ ਸਾਰੀਆਂ ਕੁੜੀਆਂ ਕੋਲ ਜਵਾਬ ਹੋ ਗਏ ਬਸ ਤੂੰ ਇੱਕ ਵਾਰੀ ਬੈਠੀ ਆ ਆ ਆ ਆ ਬੋਲ ਤੇ ਭਾਈ ਸਾਡੀ ਤਾਂ ਕੋਈ ਮੰਗ ਨਹੀਂ ਹੈ ਆ ਸਾਡੇ ਮੁੰਡੇ ਕੋਲ ਤਾਂ ਮੋਟਰਸਾਈਕਲ ਹੈਗਾ ਹੀ ਆ ਫਿਰ ਵੀ ਨਾ ਟਾਈਲ अच्छा तो दसेंगे ताई यार ये अंकल जी यार थोड़ी जल्दबाजी होना चाहिए मेरा यार भाई जी पासे हो जाओ भाई हां यार बीच कुड़मन करके ओ आओ भैन जी ਤੁਸੀਂ ਫੈੜ ਤੇ ਸੋਨਾ ਸੋਨਾ ਹਾਏ ਸੋਨਾ ओके एवरीबॉडी स्माइल स्क्रीनशॉट कड़ा गे दीप सर हाँ जी हैविंग फन आज शूट करी शूट दुख घंटे लग रहे ਬਾਰ ਨਹੀਂ 12 ਵਜੇ ਆਪਾਂ 9:30 ਵਜੇ ਕੱਟ ਹੋਏ 12 ਵਜੇ ਔਨ ਕੀਤਾ ਸੀਗਾ ਫਿਰ ਤੁਹਾਨੂੰ ਪਤਾ ਲੇਡੀਜ਼ ਦਾ ਥੋੜਾ ਜਿਹਾ ਜੀ 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 ਮੇਕਅਪ ਕਰਨਾ ਹੁੰਦਾ ਨਾ ਮੈਂ ਸਮਝ ਸਕਦਾ ਘੱਟੋ ਘੱਟ ਦੇ 2 ਘੰਟੇ ਖਾ ਜਾਂਦੀ ਹੈ ਜੀ ਤੇ ਸਰ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਸਾਨੂੰ ਇਸ ਸ਼ੂਟ ਦੇ 2 ਘੰਟੇ ਤਾਂ ਵੀ ਤੇ ਘੱਟੋ ਘੱਟ ਲੱਗਣਗੇ ਡਿਨਰ ਇੱਥੇ ਸਮਝੋ ਮਤਲਬ ਹੈ ਕੀ ਕਿਹਾ ਉਹਨਾਂ ਨੇ ਕਰ ਦਿੱਤਾ ਆਪਾਂ ਨੂੰ ਸ਼ਰਮ ਕਰੋ ਉਹਨਾਂ ਨੇ ਕਰ ਦਿੱਤਾ ਆਪਾਂ ਨੂੰ ਸੁਣਿਆ ਨਹੀਂ ਦੁਬਾਰਾ ਬੋਲੇ राज वर्मा जी थोड़ी ओदे ते इच्छावां ते पानी फिर गया क्योंकि टाइम बहुत ज्यादा हो गया हुण कुछ खाण पीण नूं मिलना नहीं राज वर्मा जी दी अज कुछ कोला भी खुल रहीआं ने बोला बोला अज मैं देखो कोई फोटो भी नहीं पाई है ना फिर भी फोन आ रहा कि राज वर्मा जी तुहाडे नाल ने क्या बात ਇਹਨਾਂ ਨੂੰ ਜਿੰਨਾ ਅਸੀਂ ਵੇਟ ਕਰਾਇਆ ਉਹਨਾਂ ਹੀ ਇਹਨਾਂ ਨੇ ਸਾਨੂੰ ਵੇਟ ਕਰਵਾਇਆ ਡਾਇਰੈਕਟਰ ਸਾਹਿਬ ਨੇ ਸਾਨੂੰ ਦੱਸਿਆ ਨਹੀਂ ਤਾਂ ਮੈਂ ਤਾਂ ਵੇਟ ਨਹੀਂ ਕਰਾਉਣੀ ਸੀ ਮੈਂ ਤਾਂ ਚਲੋ ਆਹ ਚੱਕੋ ਨਾਲੇ ਸਕ੍ਰਿਪਟ ਚੱਕੋ ਫਿਰ ਕੋਈ ਨੂਰ ਦਾ ਹੀਰਾ ਚਾਹੀਏ ਨਾ ਯਾਹ ਲਾਈਟ ਨਾ ਇਹਦੇ ਥੱਲੇ ਲਾਈਟ ਇਧਰ ਮਾਣੀ ਬਣੀ ਹੈ ਕੋਈ ਮੁੰਡਾ ਨਹੀਂ ਆਉਂਦਾ ਹੂੰ 4 ਸਾਲ ਤਾਂ ਮੈਨੂੰ ਹੋ ਗਏ ਇੱਥੇ ਆਈ ਨੂੰ 4 ਸਾਲ 4 ਸਾਲ 4 ইয়ার্স ਤੂੰ ਜਾਂ ਤਾਂ ਉਹ ਥੋੜੀ ਜਿਹੀ ਤੇਰੇ ਕਲੋਜ਼ਰ ਵੇ ਥੋੜਾ ਜਿਹਾ ਕਲੋਜ਼ਰ ਹੋ ਬਸ ਇੱਥੇ ਜਾ ਮੈਂ ਇਹ ਗੱਲ ਕਰ ਰਿਹਾ ਹਾਂ ਸੁਣਿਆ ਕਰੋ ਬਣੀ ਗੱਲ ਫਿਰ ਮੈਂ ਅਖਰੇ ਕਰੀ ਜਾਂਦੀ ਆ ਕਦੇ ਕਿਸੇ ਮੁੰਡੇ ਵਿੱਚ ਕੋਈ ਨੁਕਸ ਕੱਢ ਤੂੰ ਕਦੇ ਕਿਸੇ ਮੁੰਡੇ ਵਿੱਚ ਜੇ ਤੇਰੇ ਰਿਸ਼ਤੇ ਮੋੜਦੀ ਰਹੀ ਨਾ ਤਾਂ ਇੱਥੇ ਬੈਠੀ ਰਹੀ ਸਾਰੀ ਉਮਰ ਕਿਵੇਂ ਤਾਂ ਜਦੋਂ ਮੈਂ ਲਿਖ ਲਈ ਉਹ ਕਰਦਾ ਆਪਣਾ ਆਵਾਜ਼ ਚੈੱਕ ਆ ਰਹੀ ਹੈ ਮੇਰੀ ਆਵਾਜ਼
ਇਹ ਦੇਖੋ ਆਪਾਂ ਦਿਨ ਦਾ ਸੀਨ ਕਿਸ ਤਰੀਕੇ ਨਾਲ ਬਣਾਇਆ ਗਿਆ ਲਾਈਟ ਲਗਾ ਇਹ ਇਸ ਟਾਈਮ ਇੱਦਾਂ ਲੱਗ ਰਿਹਾ ਜਿਵੇਂ ਦੁਪਹਿਰ ਦੇ 12 ਵਜੇ ਹਨ ਪਰ ਐਕਚੁਅਲ 'ਚ 11 ਵੱਜ ਚੁੱਕਿਆ ਰਾਤ ਦੇ ਔਰ ਇਹ ਸੀਨ ਸਿਰਫ ਔਰ ਸਿਰਫ ਸਰੀਰ ਦਾ ਦਿਖਾਉਣ ਲਈ ਤੁਸੀਂ ਦੇਖ ਸਕਦੇ ਹੋ ਦੀਪਾ ਜੀ ਵਿਸ਼ਾਲ ਜੀ ਆਪਣੇ ਨਿਮਰਤ ਜੀ ਲਗਾਤਾਰ ਸਕ੍ਰਿਪਟ ਰੀਡ ਕਰ ਰਹੇ ਹੈ ਔਰ ਲਾਸਟ ਸ਼ੋਟ ਹੈ ਇਸਕੇ ਬਾਅਦ ਰੋਲ ਅਪ ਹੈ ਦੇਖ ਸਕਦੇ ਹੋ ਤੁਸੀਂ ਸਾਰਾ ਵਿਸ਼ਾਲ ਜੀ ਬਹੁਤ ਲੇਟ ਹੋ ਚੁੱਕਿਆ ਕਿੱਦਾਂ ਲੱਗ ਰਿਹਾ ਇੰਨਾ ਔਸਮ ਸ਼ੂਟ ਹੋ ਰਿਹਾ ਅੱਜ ਇੰਜੋਏ ਕਰ ਰਿਹਾ ਅੱਜ ਐਕਸ਼ਨ ਲਓ ਜੀ ਮਿੱਤਰੋ ਟਾਈਮ ਹੋ ਗਿਆ ਰਾਤ ਦੇ 12:53 ਵੀਡੀਓ ਸ਼ੂਟ ਹੋ ਗਿਆ ਸਾਰੇ ਪਾਸੇ ਹਨੇਰੇ ਹਨੇਰਾ ਵਿਚਾਰੇ ਸਾਰੇ ਸੁੱਤੇ ਪਏ ਆ ਵੀਡੀਓ ਸ਼ੂਟ ਹੋ ਗਿਆ ਲੇਕਿਨ ਪੂਰਾ ਨਹੀਂ ਹੋਇਆ ਅੱਧਾ ਹੋਇਆ ਥੋੜ੍ਹਾ ਰਹਿ ਗਿਆ ਹੁਣ ਉਹ ਕੱਲ੍ਹ ਨੂੰ ਸਵੇਰੇ ਜਾ ਕੇ ਕਰਾਂਗੇ ਅੱਜ ਬਹੁਤ ਵਧੀਆ ਸ਼ੂਟ ਹੋਇਆ ਲੇਕਿਨ ਥੱਕ ਕੇ ਜ਼ਿਆਦਾ ਬਾਕੀ ਮਿਲਦੇ ਹਾਂ ਸਵੇਰੇ ਓਕੇ ਬਾਏ ਗੁੱਡ ਨਾਈਟ ਸੋ ਸੈਕਿੰਡ ਡੇ ਆਫ ਸ਼ੋਰਟ ਮੂਵੀ ਔਰ ਅੱਜ ਸਟਾਰਟ ਹੋ ਰਿਹਾ ਸੈਕਿੰਡ ਡੇ ਸਾਡੇ ਮੈਡਮ ਜੀ ਕਿੱਥੇ ਹੋ ਆ ਰਹੇ ਦੀਪਾ ਜੀ ਮੰਮੀ ਜੀ ਵਿਸ਼ਾਲ ਜੀ ਅਲਾਰਮ ਦਾ ਹੀ ਨੀ ਪਤਾ ਚੱਲਿਆ ਕਦੋਂ ਕੀ ਵੱਜ ਰਿਹਾ ਕੀ ਹੋ ਰਿਹਾ ਕੀ ਨੀ ਦੁਨੀਆ ਪਰੇ ਆਪਾਂ ਪਰੇ ਆ ਅਤੇ ਅੱਜ ਸੈਕਿੰਡ ਡੇ ਸ਼ੂਟ 'ਤੇ ਸਾਡੇ ਸੋਨਾ ਮੈਮ ਸਾਡਾ ਮੇਕਅਪ ਕਰ ਰਹੇ ਨੇ ਰੈਡੀ ਹੁੰਦੇ ਸੋ ਮੈਮ ਹਾਊ ਇਜ਼ ਇਟ ਫੀਲ ਆਈ ਫੀਲ ਸੋ ਐਕਸਾਈਟਿਡ ਐਂਡ ਥ੍ਰਿਲਡ ਟੂ ਸੀ ਦਿਸ ਟੂ ਐਕਚੁਅਲੀ ਵਰਕ ਵਿਦ ਦਿਸ ਟੀਮ ਇਟ ਇਜ਼ ਦ ਬੈਸਟ ਵਨ ਆਈ ਹੈਵ ਥੈਂਕ ਯੂ ਥੈਂਕ ਯੂ ਸੋ ਸਾਡੇ ਸਭ ਤੋਂ ਕੋਸਟਲੀ ਮਹਿੰਗੇ ਆਰਟਿਸਟ ਹਾਈਲੀ ਪੇਡ ਆਰਟਿਸਟ ਜਿਹੜੇ ਹੈਗੇ ਨੇ ਉਹ ਆ ਚੁੱਕੇ ਨੇ ਜਿੱਦਾਂ ਤੁਸੀਂ ਦੇਖ ਰਹੇ ਹੋ ਉਹ ਗੱਡੀ ਦੇ ਵਿੱਚ ਨੇ ਆਹ ਵਾਲੀ ਗੱਡੀ ਦੇ ਵਿੱਚ ਅਤੇ ਹੁਣੇ ਆ ਬਾਹਰ ਆ ਰਹੇ ਆ ਤੁਸੀਂ ਤਿਆਰ ਰਹੋ ਆਉਣ ਵਾਲੀ ਸਾਰੀ ਮੂਵੀਜ਼ 'ਚ ਤੁਸੀਂ ਇਹਨਾਂ ਨੂੰ ਵੇਖੋਗੇ ਇਹ ਸਾਡੇ ਮੇਨ ਆਰਟਿਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਾਈਲੀ ਪੇਡ ਜਿਨ੍ਹਾਂ ਦੀ ਪੇਮੈਂਟ ਇਸ ਟਾਈਮ ਸਭ ਤੋਂ ਜ਼ਿਆਦਾ ਬਰੂਨੋ ਹੈਲੋ ਇਹਨੂੰ ਮੇਨ ਆਰਟਿਸਟ Thank you.
ਨੇ ਜੀ ਸਾਡੇ ਆਂਟੀ ਜੀ ਇਹਨਾਂ ਦੇ ਘਰੇ ਆਪਾਂ ਸ਼ੂਟ ਕੀਤਾ ਤੇ 2 ਦਿਨ ਹੋ ਗਏ ਸ਼ੂਟ ਕਰਦਿਆਂ ਨੂੰ ਤੇ ਅੱਜ ਬਹੁਤ ਥਕਾਵਟ ਹੋਈ ਪਈ ਸੀ ਆਂਟੀ ਦਾ ਮਿਊਜ਼ਿਕ ਸੁਣ ਕੇ ਤੇ ਸਾਡੀ ਸਾਰੀ ਥਕਾਵਟ ਦੂਰ ਹੋ ਗਈ ਥੈਂਕ ਯੂ ਆਂਟੀ ਜੀ